ਗੁਰੂ ਰੂਪ ਪਿਆਰਿਆਂ ਨੂੰ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਆਪਣੀ ਮਿੱਟੀ ਤੋਂ ਦੂਰ, ਆਪਣੀਆਂ ਜੜ੍ਹਾਂ ਤੋਂ ਦੂਰ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਕੁਛ ਆਪਣੇ ਬੱਚਿਆਂ ਕਰਕੇ ਆਏ ਤੇ ਕੁਛ ਆਪ ਆਏ, ਤੇ ਫਿਰ ਉਹਨਾਂ ਦੇ ਬੱਚੇ ਇੱਥੇ ਹੋਏ ਜਾਂ ਉਹਨਾਂ ਦੇ ਬੱਚੇ ਬਾਅਦ ਦੇ ਵਿੱਚ ਇੱਥੇ ਆਏ, ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਕੁਛ ਕਰ ਰਹੇ ਨੇ। ਤੇ ਜਿਹੜਾ ਸੱਭਿਆਚਾਰ ਤੁਹਾਡੇ ਮਨ ਮਸਤਕ ਦੇ ਵਿੱਚ ਉੱਥੋਂ ਨਾਲ ਤੁਰਿਆ, ਉਸ ਸੱਭਿਆਚਾਰ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਗੁਰੂ ਦਾ ਦੁਆਰਾ, ਗੁਰੂ ਘਰ, ਗੁਰੂ ਦਾ ਦਰਬਾਰ। ਤੇ ਸੱਚ ਮੰਨੋ, ਜਿੱਥੇ ਕਿਤੇ ਵੀ ਅਸੀਂ ਦੁਨੀਆਂ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਅਸੀਂ ਪੈਰ ਲਾਏ ਨੇ ਤਾਂ ਉੱਥੇ ਅਸੀਂ ਆਪਣੇ ਗੁਰੂ ਦਾ, ਆਪਣੇ ਰੱਬ ਦਾ ਜਿਹੜਾ ਘਰ ਹੈ ਉਹ ਪਹਿਲਾਂ ਬਣਾਇਆ। ਤੇ ਇਹ ਸਾਡੀ ਕੌਮ ਦੀ ਖਾਸੀਅਤ ਹੈ, ਇਹ ਸਾਡੇ ਚ ਇੱਕ ਰੱਬ ਵੱਲੋਂ ਸਾਡੇ ਗੁਰੂ ਨੇ ਸਾਡੇ ਅੰਦਰ ਗੁਣ ਭਰਿਆ ਹੈ। ਤੇ ਅਸੀਂ ਹਰ ਸੰਭਵ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਐਤਵਾਰ ਨੂੰ ਜਦੋਂ ਛੁੱਟੀ ਦਾ ਦਿਨ ਹੁੰਦਾ ਅਸੀਂ ਜਾ ਕੇ ਆਪਣੇ ਗੁਰੂ ਨਾਲ ਗੱਲਾਂ ਕਰੀਏ, ਅਸੀਂ ਆਪਣੇ ਗੁਰੂ ਤੋਂ ਕੁਛ ਮੰਗੀਏ, ਗੁਰੂ ਨੂੰ ਕੁਛ ਦੱਸੀਏ, ਇੱਕ ਠਹਿਰਾਅ ਮਿਲਦਾ। ਸਾਨੂੰ ਇਹ ਗੱਲ ਪੱਕੀ ਹੈ ਸਾਡੇ ਮਨ ਦੇ ਵਿੱਚ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਤੇ ਇਸ ਕਰਕੇ ਜਦੋਂ ਅਸੀਂ ਮਨ ਮਸਤਕ ਜ਼ਮੀਨ ਦੇ ਗੁਰੂ ਦੇ ਅੱਗੇ, ਜ਼ਮੀਨ ਹੈ ਜਿਹੜੀ ਹੈ ਇੱਥੇ ਮੱਥਾ ਰੱਖਦੇ ਹਾਂ ਤਾਂ ਉਹ ਇਹ ਗੱਲ ਜਾਣ ਲੈਂਦਾ ਕਿ ਇਸ ਮੇਰੇ ਬੱਚੇ ਨੂੰ ਕੀ ਦੁੱਖ ਹੈ, ਕੀ ਤਕਲੀਫ ਹੈ। ਸੋ ਇਹ ਚੀਜ਼ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ। ਪਰ ਪਿਛਲੇ ਕੁਛ ਸਮੇਂ ਤੋਂ ਇੱਕ ਗੱਲ ਹੋਰ ਸਪਸ਼ਟ ਹੋਈ ਹੈ ਕਿ ਕੀ ਅਸੀਂ ਇਸ ਤਰੀਕੇ ਨਾਲ ਗੁਰੂ ਦੇ ਦਰਸ਼ਨ ਕਰਦੇ ਹਾਂ, ਕੀ ਸਿਰਫ ਇੱਥੇ ਮੱਥਾ ਰੱਖ ਦੇਣ ਨਾਲ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਕੀ ਉਹ ਜਾਣ ਲੈਂਦਾ ਸਾਰਾ ਕੁਛ। ਇਹ ਚਰਚਾ ਹੈ ਅੱਜ ਕੱਲ੍ਹ ਮੇਰੇ ਮਨ ਦੇ ਵਿੱਚ ਵੀ, ਕਿਤੇ ਕਿਤੇ ਤੁਹਾਡੇ ਮਨ ਦੇ ਵਿੱਚ ਵੀ ਹੁੰਦੀ ਹੋਏਗੀ ਕਿ ਆਖਿਰ ਦਰਸ਼ਨ ਕਿਵੇਂ ਹੋਣੇ ਆ ਗੁਰੂ ਦੇ। ਅਸੀਂ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਇੱਕ ਗੱਲ ਚੁੱਭਵੀਂ ਜੀ ਸਾਡੇ ਅੰਦਰ ਚੱਲਦੀ ਰਹਿੰਦੀ ਹੈ ਵੀ ਗੱਲ ਨਹੀਂ ਬਣੀ। ਉਹ ਗੱਲ ਬਣੇਗੀ ਕਿਵੇਂ? ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਉਹਨਾਂ ਦੀ ਬਹੁਤ ਵੱਡਾ ਸ਼ਬਦ ਕੋਸ਼ ਇੱਕ ਰਚਨਾ ਕੀਤੀ ਹੈ ਉਹਨਾਂ ਨੇ, ਉਹਦੇ ਚ ਗੁਰਦੁਆਰੇ ਦੇ ਅਰਥ ਦੱਸਦੇ ਨੇ। ਉਹ ਮੁਕੱਦਸ ਸਥਾਨ ਜਿੱਥੇ ਦੂਰੋਂ ਚੱਲ ਕੇ ਆਏ ਹੋਏ ਜਿਹੜੇ ਪ੍ਰਾਣੀ ਨੇ ਲੋੜਵੰਦ, ਉਹਨਾਂ ਨੂੰ ਠਾਹਰ ਮਿਲੇ, ਤੇ ਜਿੱਥੇ ਤੁਸੀਂ ਸਮੂਹਿਕ ਰੂਪ ਦੇ ਵਿੱਚ ਇਕੱਠੇ ਹੋ ਕੇ ਆਪਣੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਮਸਲਿਆਂ ਦਾ ਡਿਬੇਟ ਦੇ ਰਾਹੀਂ, ਵਿਚਾਰ ਵਟਾਂਦਰੇ ਦੇ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰੋ। ਸੋ ਸਪਸ਼ਟ ਹੈ ਕਿ
ਕਿ ਇਹ ਇੱਕ ਕਲਾਸਰੂਮ ਹੈ, ਇੱਕ ਸਕੂਲ ਹੈ। ਉਹ ਸਕੂਲ ਜਿਹੜਾ 1469 ਦੇ ਵਿੱਚ ਨਨਕਾਣੇ ਦੀ ਧਰਤੀ ਤੇ ਪਹਿਲਾ ਸਕੂਲ ਤੁਹਾਡਾ ਸ਼ੁਰੂ ਹੋਇਆ ਸੀ, ਜਿੱਥੇ ਸੂਖਮ ਰੂਪ ਦੇ ਵਿੱਚ ਖਾਲਸੇ ਨੇ ਜਨਮ ਲਿਆ ਸੀ, ਗੁਰੂ ਨਾਨਕ ਦੇ ਰੂਪ ਦੇ ਵਿੱਚ। ਉਹ ਸਕੂਲ ਜਿਸ ਦੀ ਸੰਪੂਰਨਤਾ 1699 ਦੇ ਵਿੱਚ ਵਿਸਾਖੀ ਦੇ ਮੌਕੇ ਅਨੰਦਪੁਰ ਦੀ ਧਰਤੀ ਤੇ ਹੁੰਦੀ ਹੈ, ਜਦੋਂ ਸੂਖਮ ਖਾਲਸਾ ਸਥੂਲ ਰੂਪ ਦੇ ਵਿੱਚ ਖਾਲਸੇ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ। ਇਹ ਸਫ਼ਰ ਹੈ, ਟਰੈਵਲ ਕਰ ਰਿਹਾ ਖਾਲਸਾ। ਤੇ ਜਦੋਂ ਅਸੀਂ ਉਸੇ ਰੂਪ ਦੇ ਵਿੱਚ, ਜਦੋਂ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਸੋ ਸਾਡਾ ਈਸਟ, ਸਾਡਾ ਗੁਰੂ, ਸਾਡਾ ਰੱਬ, ਇਹਨੂੰ ਤੁਸੀਂ ਮੰਨ ਰਹੇ ਹੋ, ਲਗਾਤਾਰ ਮੰਨ ਰਹੇ ਹੋ, ਮੱਥਾ ਟੇਕਦੇ ਹੋ, ਇੱਕ ਚੱਕਰ ਲਗਾਉਂਦੇ ਹੋ, ਲੰਗਰ ਛਕਦੇ ਹੋ, ਦੇਗ ਪ੍ਰਸ਼ਾਦ ਕੜਾਹ ਪ੍ਰਸ਼ਾਦ ਲੈ ਕੇ ਚਲੇ ਜਾਂਦੇ ਹੋ, ਤੁਹਾਨੂੰ ਲੱਗਦਾ ਅਸੀਂ ਰੱਬ ਦੇ ਦਰਸ਼ਨ ਕਰ ਲਏ। ਪਰ ਤੁਹਾਨੂੰ ਇਹ ਵੀ ਪਤਾ, ਅੰਦਰ ਮਨ ਦੇ ਵਿੱਚ ਦੁਬਿਧਾ ਹੈ ਕਿ ਨਹੀਂ, ਗੱਲ ਬਣੀ ਨਹੀਂ। ਉਹ ਗੱਲ ਬਣਨੀ ਕਿਵੇਂ ਹੈ ਕਿ ਜੋ ਗੁਰੂ ਸਾਹਿਬ ਕਹਿ ਕੇ ਗਏ ਨੇ, ਕੀ ਉਹ ਸਾਨੂੰ ਪਤਾ? ਜੋ ਗੁਰੂ ਸਾਹਿਬ ਕਹਿ ਕੇ ਗਏ ਨੇ ਉਹ ਤਾਂ ਲਿਖਤ ਰੂਪ ਦੇ ਵਿੱਚ ਰਚਨਾਵਾਂ, ਗੁਰੂ ਬਾਣੀ, ਗੁਰੂ ਦੇ ਮੁੱਖੋਂ ਉਚਾਰੀ ਹੋਈ ਜਿਹੜੀ ਹੈ, ਉਹ ਤਾਂ ਗੁਰੂ ਸਾਹਿਬ ਦੇ ਵਿੱਚ ਦਰਜ ਹੈ ਨਾ, ਗ੍ਰੰਥ ਸਾਹਿਬ ਦੇ ਵਿੱਚ। ਪਰ ਅਸੀਂ ਉਸਨੂੰ ਪੜ੍ਹਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਉਸ ਦੇ ਉੱਤੇ ਵਿਚਾਰ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਸੋ ਕਈ ਵਾਰ ਅਜਿਹੇ ਮਸਲੇ ਆਉਂਦੇ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ, ਅਸੀਂ ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਸੁਣਦੇ ਹਾਂ, ਦੇਖਦੇ ਹਾਂ, ਤਾਂ ਉਹ ਸਿੱਧਾ ਗੁਰੂ ਸਾਹਿਬ ਦੀ ਕਹੀ ਹੋਈ ਗੱਲ ਨਾਲ ਸੰਬੰਧ ਰੱਖਦੇ ਹੁੰਦੇ ਨੇ। ਤੇ ਅਸੀਂ ਗੁਰੂ ਘਰ ਦੇ ਵਿੱਚ ਹੀ ਬੈਠ ਕੇ, ਭਾਵੇਂ ਅਸੀਂ ਇੱਥੇ ਆਪਣੀ ਨੌਕਰੀ ਕਰਦੇ ਹੋਈਏ ਗੁਰੂ ਘਰ ਦੇ ਵਿੱਚ, ਚਾਹੇ ਅਸੀਂ ਅਜਿਹਾ ਕੋਈ ਕਾਰਜ ਕਰਦੇ ਹੋਈਏ ਜਿਹੜਾ ਗੁਰੂ ਸਾਹਿਬ ਨਾਲ ਸੰਬੰਧਿਤ ਹੋਵੇ। ਮਸਲਨ ਮੈਂ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਜਿੱਥੇ ਕਿ ਉਹਨਾਂ ਲੋਕਾਂ ਦਾ ਕਬਜ਼ਾ ਹੈ, ਕਹਿ ਸਕਦੇ ਹਾਂ ਆਪਾਂ, ਜਾਂ ਉਹਨਾਂ ਲੋਕਾਂ ਦਾ ਅਧਿਕਾਰ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਾਬਰ ਕਿਹਾ ਸੀ, ਬਾਬਰ ਜਾਬਰ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਕਰਮ ਕਾਂਡ ਜਿਹੜਾ ਹੈ ਇਹ ਸਿੱਖ ਦਾ ਧਰਮ ਨਹੀਂ ਹੈ, ਸਿੱਖ ਦੀ ਜਿਹੜੀ ਰੋਜ਼ਮਰ੍ਹਾ ਦੀ ਜ਼ਿੰਦਗੀ ਹੈ ਉਹਦਾ ਅੰਗ ਨਹੀਂ ਹੈ, ਉਹ ਕਹਿੰਦੇ ਪੱਥਰ 'ਚ ਰੱਬ ਨਹੀਂ ਹੈ। ਪਰ ਉਹ ਸਾਰੇ ਲੋਕਾਂ ਦਾ, ਉਹ ਜੋ ਰਚਨਾਵਾਂ ਨੇ, ਉਹ ਜੋ ਈਸਟ ਹੈ ਸਾਡਾ, ਜਿਵੇਂ ਗੁਰੂ ਅਰਜਨ ਦੇਵ ਜੀ ਕਹਿ ਕੇ ਗਏ ਨੇ, ਪੋਥੀ ਪਰਮੇਸ਼ਰ ਕਾ ਥਾਨ, ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਨੇ ਗੁਰੂ ਮਾਨਿਓ ਗ੍ਰੰਥ, ਉਹ ਲੋਕਾਂ ਦਾ ਅਧਿਕਾਰ ਹੈ ਜਿਹੜੇ ਗੁਰੂ ਦਾ ਨਿਖੇਧ ਕਰਦੇ ਨੇ, ਗੁਰੂ ਦੀ ਕਹੀ ਹੋਈ ਗੱਲ ਹੀ ਨਹੀਂ ਮੰਨਦੇ। ਸੋ ਬਹੁਤ ਵੱਡਾ ਇਹ ਟਕਰਾਅ ਵਿਚਾਰਾਂ ਦਾ ਆਪਸ ਦੇ ਵਿੱਚ, ਤੇ ਉਹ ਲੋਕਾਂ ਦੇ ਹੱਥ ਦੇ ਵਿੱਚ ਮਾਈਕ ਹੈ। ਹੁਣ ਮਾਈਕ ਤੋਂ ਕਹੀ ਹੋਈ ਗੱਲ ਪ੍ਰਵਾਨਿਤ ਹੈ ਇੱਕ ਤਰ੍ਹਾਂ ਦੀ, ਤੁਹਾਡੇ ਵਿਚਾਰ ਮੇਰੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਤੁਸੀਂ ਮੈਨੂੰ ਇੱਥੇ ਸਵਾਲ ਨਹੀਂ ਕਰਨਾ, ਮੈਨੂੰ ਪਤਾ, ਪਰ ਸਵਾਲ ਕਰਿਓ ਜਿੱਥੇ ਮੈਂ ਕੁਛ ਅਜਿਹੀ ਕੋਈ ਗੱਲ ਕਰਦਾ, ਵਿਚਾਰ ਕਰਦਾ, ਉੱਥੇ ਤੁਹਾਡਾ ਫਰਜ਼ ਹੈ ਕਿ ਤੁਸੀਂ ਕਹੋ ਸੁਰਿੰਦਰ ਸਿੰਘ ਤੁਸੀਂ ਇੱਥੇ ਗਲਤ ਹੋ, ਜਾਂ ਤੁਸੀਂ ਇੱਥੇ ਸਾਨੂੰ ਸਪਸ਼ਟ ਕਰੋ।
ਇਹ ਤੁਹਾਡੀ ਡਿਊਟੀ ਜਿਹੜੀ ਹੈ ਤੁਸੀਂ ਨਹੀਂ ਕਰ ਰਹੇ ਹੋ, ਨਿਭਾ ਨਹੀਂ ਰਹੇ। ਇਸ ਕਰਕੇ ਜਿਹੜੇ ਲੋਕ ਜਾਬਰ ਨੂੰ ਸਰੋਪੇ ਦਿੰਦੇ ਨੇ, ਸਨਮਾਨਿਤ ਕਰਦੇ ਨੇ ਵੱਖ ਵੱਖ ਸਟੇਜਾਂ ਤੋਂ, ਉਹੀ ਸਾਡੇ ਗੁਰੂ ਨੂੰ ਆਪਣੇ ਅਧਿਕਾਰ ਚ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਰ ਨਹੀਂ ਸਕਦੇ, ਕੋਸ਼ਿਸ਼ ਕਰਦੇ ਤੇ ਕੁਛ ਸਮੇਂ ਲਈ ਜਿਹੜਾ ਚੜਾਵਾ ਹੁੰਦਾ ਜਾਂ ਕੁਛ ਸਮੇਂ ਲਈ ਜੋ ਉੱਥੇ ਵਰਤਾਰਾ ਹੋ ਰਿਹਾ ਹੁੰਦਾ ਉਹਦੇ ਤੇ ਅਧਿਕਾਰ ਜ਼ਰੂਰ ਕਰ ਲੈਂਦੇ ਨੇ, ਤੇ ਕੁਝ ਸੋਚ ਵਿਚਾਰ ਕਰਨ ਵਾਲੇ ਗੁਰੂ ਦੇ ਬੰਦਿਆਂ ਨੂੰ ਉਹਦੇ ਤੋਂ ਦੂਰ ਜ਼ਰੂਰ ਕਰ ਦਿੰਦੇ ਨੇ। ਪਰ ਉਹ ਜਿਹੜਾ ਸਿਸਟਮ ਹੈ, ਇੱਕ ਪ੍ਰਣਾਲੀ ਹੈ, ਉਹ ਚੱਲਦੀ ਰਹਿਣੀ ਹੈ ਕਿ ਜਦੋਂ ਤੱਕ ਅਸੀਂ ਗੁਰੂ ਦੀ ਕਹੀ ਹੋਈ ਗੱਲ ਬਾਬਰ ਨੂੰ ਜਾਬਰ ਨਹੀਂ ਕਹਿੰਦੇ। ਤੇ ਜਿਹੜੇ ਰਾਜੇ ਕੁੱਤਿਆਂ ਦੀ ਨਿਆਈ ਨੇ ਜੋ ਸਾਡੇ ਤੇ ਸਾਡੀ ਧਰਤੀ ਦੇ ਉੱਤੇ ਰਾਜ ਕਰ ਰਹੇ ਨੇ, ਜਦੋਂ ਤੱਕ ਅਸੀਂ ਵੀ ਗੁਰੂ ਦੀ ਕਹੀ ਹੋਈ ਗੱਲ ਦੇ ਮੁਤਾਬਕ ਉਹਨਾਂ ਨੂੰ ਕੁੱਤੇ ਨਹੀਂ ਕਹਿੰਦੇ ਉਦੋਂ ਤੱਕ ਗੱਲ ਨਹੀਂ ਬਣਨੀ। ਗੁਰੂ ਸਾਹਿਬ ਨੇ ਕਿਹਾ ਜੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ ਫਿਰ ਤਾਂ ਸਾਨੂੰ ਉਹ ਗੱਲ ਕਰਨੀ ਪਏਗੀ, ਨਹੀਂ ਤਾਂ ਫਿਰ ਇੱਥੇ ਮੱਥਾ ਰੱਖਣਾ ਇੱਕ ਪਖੰਡ ਹੈ, ਫਿਰ ਅਸੀਂ ਗੁਰੂ ਦੇ ਰਾਹ ਤੇ ਚੱਲ ਨਹੀਂ ਰਹੇ, ਦਿਖਾਵਾ ਕਰ ਰਹੇ ਹਾਂ ਚੱਲਣ ਦਾ। ਉਹਨਾਂ ਨੇ ਕਿਹਾ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਿਦਾ ਬੈਠੇ ਸੁੱਤੇ। ਪਰ ਇੱਕ ਤੁਹਾਨੂੰ ਸਭ ਤੋਂ ਵੱਡੀ ਚੀਜ਼ ਦਿੱਤੀ ਹੈ ਜਿਸ ਤੋਂ ਤੁਸੀਂ ਮੁਨਕਰ ਹੋ ਰਹੇ ਹੋ, ਲਗਾਤਾਰ ਮੁਨਕਰ ਹੋ ਰਹੇ ਹੋ। ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਤੁਹਾਨੂੰ, ਇੱਕ ਰਾਜ ਭਾਗ ਦਾ ਤੁਹਾਨੂੰ ਸੰਕਲਪ ਦਿੱਤਾ, ਤੁਹਾਨੂੰ ਨਕਸ਼ਾ ਖਿੱਚ ਕੇ ਦਿੱਤਾ, ਇੱਕ ਫਾਰਮੈਟ ਦਿੱਤਾ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਸੀਂ ਅਧਿਐਨ ਕਰੀਏ ਤਾਂ ਫਾਰਮੈਟ ਜਿਹੜਾ ਸੰਕਲਪ ਹੈ ਵਾਰ ਵਾਰ ਸਾਡੇ ਸਾਹਮਣੇ ਆਉਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਸਭ ਸੁਖਾਲੀ ਬੁੱਠੀਆਂ ਹੁਣ ਹੋਆ ਹਲੇਮੀ ਰਾਜ ਜੀ। ਉਹ ਹਲੇਮੀ ਰਾਜ ਦਾ ਸੰਕਲਪ ਸਾਡੇ ਸਾਹਮਣੇ ਰੱਖਦੇ ਨੇ, ਹਲੇਮੀ ਰਾਜ। ਤੇ ਅੱਗੇ ਚੱਲ ਕੇ ਭਗਤ ਰਵਿਦਾਸ ਜੀ ਉਸਨੂੰ ਹੋਰ ਸਪਸ਼ਟ ਕਰਦੇ ਨੇ, ਬੇਗਮਪੁਰਾ ਸਹਿਰ ਕੋ ਨਾਓ। ਉਹ ਇੱਕ ਅਜਿਹੇ ਰਾਜ ਦੀ ਗੱਲ ਕਰਦੇ ਨੇ, ਅਜਿਹੇ ਇੱਕ ਦੇਸ਼ ਦੀ ਗੱਲ ਕਰਦੇ ਨੇ, ਅਜਿਹੇ ਇੱਕ ਸ਼ਹਿਰ ਦੀ ਗੱਲ ਕਰਦੇ ਨੇ ਜਿੱਥੇ ਤੁਸੀਂ ਆਪਣੇ ਗੁਰੂ ਦੇ ਹੁਕਮ ਤੇ ਚੱਲਦਿਆਂ ਹੋਇਆਂ ਉਹਦੀ ਉਸਤਤ ਕਰ ਸਕਦੇ ਹੋ ਤੇ ਆਪਣੇ ਰੋਜ਼ਮਰ੍ਹਾ ਦੇ ਜੀਵਨ ਨੂੰ ਨਿਭਾਉਂਦਿਆਂ ਹੋਇਆਂ ਸੰਪੂਰਨਤਾ ਦੇ ਨਾਲ ਤਰੱਕੀ ਕਰਦਿਆਂ ਹੋਇਆਂ ਸਰਬੱਤ ਦੇ ਭਲੇ ਦੀ ਗੱਲ ਕਰ ਸਕਦੇ ਹੋ। ਇਹ ਚੀਜ਼ ਤੋਂ ਜਦੋਂ ਤੁਹਾਨੂੰ ਰੋਕਿਆ ਜਾਂਦਾ ਹੈ, ਕਿਉਂਕਿ ਇਹੋ ਚੀਜ਼ ਤਾਂ ਤੁਹਾਨੂੰ ਕਰਨ ਨਹੀਂ ਨਾ ਦਿੱਤੀ ਗਈ, ਇਹ ਜਦੋਂ ਤੁਸੀਂ ਘਟਨਾਵਾਂ ਦਾ ਅਧਿਐਨ ਕਰੋਗੇ ਕਿ 1947 ਦੇ ਵਿੱਚ ਤੁਹਾਡੇ ਨਾਲ ਕੀ ਹੋਇਆ, ਕਿਉਂ ਹੋਇਆ, ਜਿੱਥੇ ਤੁਸੀਂ ਬਹੁ ਗਿਣਤੀ ਚ ਵੱਸਦੇ ਸੋ ਉੱਥੋਂ ਹੀ ਤੁਹਾਨੂੰ ਉਜਾੜਿਆ ਗਿਆ। ਸਿਰਫ 3 ਹਫ਼ਤਿਆਂ ਦੇ ਵਿੱਚ ਤੁਹਾਡਾ 6 ਲੱਖ ਦੀ ਗਿਣਤੀ ਦੇ ਵਿੱਚ ਕਤਲ ਹੋ ਗਿਆ, ਤੇ 1984 ਦੇ ਵਿੱਚ ਤੁਹਾਡੇ ਨਾਲ ਕੀ ਹੋਇਆ, ਜੂਨ ਦੇ ਵਿੱਚ, ਨਵੰਬਰ ਦੇ ਵਿੱਚ, ਤੇ ਉਸ ਤੋਂ ਬਾਅਦ ਕੀ ਹੋਇਆ, ਅਸੀਂ ਦੇਖਦੇ ਹਾਂ ਕਿ 1, 2, 4, 10, 500, 1000 ਗਿਣਤੀ ਹੁੰਦੀ ਹੈ। ਜਦੋਂ ਕਿਤੇ ਬੱਸ ਉੱਲਟਦੀ ਹੈ, ਕੋਈ ਐਕਸੀਡੈਂਟ ਹੁੰਦਾ, 5-10 ਬੰਦੇ ਮਰਦੇ ਨੇ, ਕੋਈ ਸਾਨੂੰ ਹੌਕਾ ਨਿਕਲਦਾ ਕਿ ਇੰਨੇ ਬੰਦੇ ਮਰ ਗਏ। 1984 ਤੋਂ ਬਾਅਦ 1992-93 ਤੱਕ 2.5 ਲੱਖ ਸਿੱਖ ਨੌਜਵਾਨਾਂ ਦਾ ਕਤਲ ਝੂਠੇ ਪੁਲਿਸ ਮੁਕਾਬਲੇ ਚ ਹੁੰਦਾ।
ਦੋ ਚਾਰ ਪੰਜ ਸੌ ਹਜ਼ਾਰ ਨਹੀਂ ਢਾਈ ਲੱਖ ਨੌਜਵਾਨ, ਸੋਹਣੇ ਸੁਨੱਖੇ ਨੌਜਵਾਨ ਜਿਨ੍ਹਾਂ ਨੇ ਸਾਡਾ ਸਾਡੀ ਕੌਮ ਦਾ ਭਵਿੱਖ ਬਣਨਾ ਸੀ। ਉਹਨਾਂ 'ਚੋਂ ਬਹੁਤੇ ਇਹੋ ਜਿਹੇ ਸਨ ਜਿਹੜੇ ਇੰਜੀਨੀਅਰਿੰਗ ਅਤੇ ਮੈਡੀਕਲ ਦੀਆਂ ਡਿਗਰੀਆਂ ਕਰ ਰਹੇ ਸਨ। ਇਹ ਕਿਉਂ? ਸਿਰਫ ਇਸ ਕਰਕੇ ਕਿ ਦੁਨੀਆਂ ਦੇ ਵਿੱਚ ਇੱਕ ਗੁਰੂ ਨਾਨਕ ਦੀ ਕੌਮ ਇਹੋ ਜਿਹੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਅਤੇ ਜਦੋਂ ਸਰਬੱਤ ਦਾ ਭਲਾ ਹੁੰਦਾ ਨਾ, ਜਦੋਂ ਸਰਬੱਤ ਦੇ ਭਲੇ ਦੀ ਤੁਸੀਂ ਗੱਲ ਕਰਦੇ ਹੋ, ਉਹਦਾ ਆਪਣੇ ਆਪ ਦੇ ਵਿੱਚ ਇੱਕ ਕਾਰਜ ਹੋ ਜਾਂਦਾ ਕਿ ਸਰਮਾਏਦਾਰੀ ਦੀ ਵਿਰੋਧ ਦਾ। ਸਰਮਾਏਦਾਰ ਕੌਣ? ਭਾਰਤ ਦੀ ਉਹ ਕਰਮ ਕਾਂਡੀ ਜਿਹੜੀ ਪ੍ਰਣਾਲੀ ਹੈ ਜਿਹੜੀ ਕਹਿੰਦੀ ਹੈ ਕਿ ਪੱਥਰ 'ਚ ਰੱਬ ਹੈ। ਪਤਾ ਉਹਨੂੰ ਵੀ ਹੈ ਪੱਥਰ 'ਚ ਰੱਬ ਨਹੀਂ, ਉਹਨੂੰ ਪਤਾ ਹੈ ਕਿ ਪੱਥਰ 'ਚ ਰੱਬ ਨਹੀਂ। ਕਿਉਂ? ਕਿਉਂਕਿ ਉਹਨੇ ਆਰਡਰ ਦੇ ਕੇ ਬਣਾਇਆ, ਉਹ ਉਹਨੇ ਰੱਬ ਦੇ ਕੇ ਬਣਵਾਇਆ, ਉਹ ਰੱਬ ਪੈਸੇ ਦੇ ਕੇ ਬਣਵਾਇਆ, ਆਰਡਰ ਦੇ ਕੇ ਬਣਵਾਇਆ। ਇਸ ਕਰਕੇ ਉਹਨੂੰ ਪਤਾ ਕਿ ਇਹਦੇ 'ਚ ਰੱਬ ਨਹੀਂ। ਸਭ ਤੋਂ ਵੱਡਾ ਨਾਸਤਿਕ ਉਹ ਹੀ ਹੈ, ਉਹ ਸੋਚ ਨਾਸਤਿਕ ਹੈ। ਪਰ ਤੁਹਾਨੂੰ ਕਹਿ ਰਿਹਾ ਕਿ ਇਹਨੂੰ ਤੁਸੀਂ ਮੱਥਾ ਟੇਕੋ, ਜੇਕਰ ਤੁਸੀਂ ਆਪਣੀ ਗਤੀ ਕਰਵਾਉਣੀ ਹੈ, ਜੇ ਤੁਸੀਂ ਆਪਣਾ ਜੀਵਨ ਸਫਲ ਕਰਨਾ ਤਾਂ ਇੰਨੀ ਦੱਖਣਾ ਵੀ ਦਿਓ। ਸੋ ਗੁਰੂ ਨਾਨਕ ਦੇ ਹਲੇਮੀ ਰਾਜ ਦਾ ਅਤੇ ਗੁਰੂ ਨਾਨਕ ਦੀ ਉਸ ਵਿਚਾਰਧਾਰਾ ਦਾ ਅਤੇ ਗੁਰੂ ਨਾਨਕ ਦੇ ਸੰਕਲਪ ਦਾ ਉੱਥੇ ਆਪਸ ਦੇ ਵਿੱਚ ਟਕਰਾਅ ਉੱਥੋਂ ਪੈਦਾ ਹੁੰਦਾ। ਇੱਕ ਪਾਸੇ ਹਲੇਮੀ ਰਾਜ ਰਾਮ ਰਾਜ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਇਸ ਕਾਰਨ ਵਾਰ ਵਾਰ ਤੁਹਾਨੂੰ, ਤੁਹਾਡੇ ਕਾਰਜ ਨੂੰ ਅਤੇ ਤੁਹਾਡੀ ਸੋਚ ਨੂੰ ਖੁੰਡਿਆ ਕਰਨ ਦੇ ਲਈ ਤੁਹਾਡੇ 'ਤੇ ਵਾਰ ਵਾਰ ਹਮਲੇ ਹੁੰਦੇ ਨੇ। ਜੇ ਤੁਸੀਂ ਤੋਪਾਂ ਦੇ ਨਾਲ, ਟੈਂਕਾਂ ਦੇ ਨਾਲ ਨਹੀਂ ਝੁਕੇ, ਜੇ ਤੁਸੀਂ ਜ਼ੋਰ ਅਤੇ ਜ਼ਬਰ ਨਾਲ ਨਹੀਂ ਝੁਕੇ, ਤਾਂ ਇੱਕ ਹੋਰ ਤਰੀਕਾ ਅਪਣਾਇਆ ਗਿਆ, ਨਸ਼ੇ ਦਾ ਤਰੀਕਾ ਅਪਣਾਇਆ ਗਿਆ। ਸਾਡੇ ਬੱਚਿਆਂ ਨੂੰ ਨਸ਼ੇ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਲਾਇਆ ਗਿਆ, ਹਜ਼ਾਰਾਂ ਘਰ ਤਬਾਹ ਹੋ ਗਏ, ਲੱਖਾਂ ਘਰ ਤਬਾਹ ਹੋ ਗਏ, ਲੋਕ ਉੱਜੜ ਗਏ, ਲੋਕਾਂ ਨੂੰ ਜ਼ਮੀਨਾਂ ਵੇਚਣੀਆਂ ਪਈਆਂ। ਇਹ ਵਰਤਾਰਾ, ਇਸ ਨੂੰ ਸਮਝਣ ਦੀ ਲੋੜ ਹੈ ਅਤੇ ਇਸ ਨੂੰ ਇੰਝ ਕਿੰਝ ਸਮਝਿਆ ਨਹੀਂ ਜਾ ਸਕਦਾ, ਅਹਿਸਾਸ ਦੇ ਪੱਧਰ ਦੇ ਉੱਤੇ ਸਮਝਣਾ ਪਏਗਾ। ਇਹ ਧਾਰਮਿਕ ਜੱਦੋਜਹਿਦ ਤੋਂ ਨਿਕਲ ਕੇ ਰਾਜਨੀਤਿਕ ਵਰਤਾਰੇ ਤੱਕ ਜੁੜੇ ਹੋਏ ਸੰਕਲਪ ਨੇ ਸਾਡੇ ਨਾਲ। ਜੇਕਰ ਅਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨਿਰਸੰਦੇਹ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਹਜ਼ਾਰਾਂ ਲੱਖਾਂ ਯੋਧਿਆਂ ਵੱਲੋਂ, ਸਾਡੇ ਨੌਜਵਾਨਾਂ ਵੱਲੋਂ ਆਪਣਾ ਖੂਨ ਡੋਲਣ ਦੇ ਬਾਅਦ, ਉਸ ਇਨਕਲਾਬ ਦੇ ਬਾਅਦ ਜੋ ਸਾਨੂੰ ਮਿਲਣਾ ਸੀ, ਜੋ ਅਸੀਂ ਆਪਣਾ ਰਾਜ ਸਥਾਪਿਤ ਕਰਨਾ ਸੀ, ਉਹ ਖੱਟੀ ਉਹਨਾਂ ਲੋਕਾਂ ਨੇ ਖਾਧੀ ਜਿਹੜੇ ਉਸ ਸਿਸਟਮ ਨੂੰ, ਬ੍ਰਾਹਮਣਵਾਦੀ ਸਿਸਟਮ ਨੂੰ ਸੂਟ ਕਰਦੇ ਸਨ। ਅਤੇ ਉਹਨਾਂ ਨੇ ਸਮਾਂ ਦਰ ਸਮਾਂ ਪਾ ਕੇ 1997 ਤੋਂ ਲੈ ਕੇ 2002 ਤੱਕ ਅਤੇ 2007 ਤੋਂ ਲੈ ਕੇ 2017 ਤੱਕ ਉਸ ਰਾਜ ਦੇ ਵਿੱਚ ਗੁਰੂ ਦੇ ਸਿਧਾਂਤ ਨੂੰ ਖਤਮ ਕਰਨ ਲਈ, ਤਬਾਹ ਕਰਨ ਲਈ ਲੱਖ ਕੋਸ਼ਿਸ਼ਾਂ ਕੀਤੀਆਂ। ਸੈਂਕੜੇ ਵਾਰ ਗੁਰੂ ਦੀ ਬੇਅਦਬੀ ਹੋਈ,
ਸੈਂਕੜੇ ਵਾਰ ਉਹਨਾਂ ਲੋਕਾਂ ਨੇ ਕੋਸ਼ਿਸ਼ ਕੀਤੀ, ਤੁਹਾਡੀ ਪੱਗ 'ਤੇ ਸਵਾਲ ਕੀਤਾ। ਹੁਣ ਇਹ ਤਾਜ਼ਾ ਘਟਨਾ ਹੈ ਸੁਪਰੀਮ ਕੋਰਟ ਵੱਲੋਂ, ਤੁਹਾਡੀ ਦਾੜੀ ਤੁਹਾਡੇ ਕੇਸ ਹੁਣ ਚੁਭਦੇ ਨੇ, ਤੁਹਾਡਾ ਸੱਭਿਆਚਾਰ ਉਹਨਾਂ ਨੂੰ ਚੁਭਦਾ, ਤੇ ਵਾਰ ਵਾਰ ਹਮਲੇ ਕੀਤੇ ਜਾਂਦੇ ਰਹੇ ਨੇ। ਤੇ ਇਹ ਕਾਰਜ ਨੂੰ ਮੈਂ ਇੱਕ ਪੱਤਰਕਾਰ ਹੋਣ ਦੇ ਨਾਤਿਓਂ ਨੇੜਿਓਂ ਦੇਖਿਆ ਸਮਝਿਆ, ਤੇ ਇਹਨਾਂ ਸਾਰੀਆਂ ਘਟਨਾਵਾਂ ਦਾ ਮੈਨੂੰ ਅਹਿਸਾਸ ਹੋਇਆ। ਤੇ ਬਹੁਤ ਸਾਰੇ ਲੋਕ ਪੁੱਛਦੇ ਨੇ, ਕੁਛ ਸੱਜਣ ਜਦੋਂ ਮੈਂ ਜਿੱਥੇ ਕਿਤੇ ਵੀ ਗਿਆ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ, ਪੰਜਾਬ ਦਾ ਕੀ ਬਣੇਗਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜੇ ਤੁਹਾਡਾ ਕੋਈ ਬਜ਼ੁਰਗ, ਤੁਹਾਡਾ ਕੋਈ ਸੰਬੰਧੀ, ਨੇੜਲਾ ਸੰਬੰਧੀ ਹਸਪਤਾਲ ਦੇ ਵਿੱਚ ਦਾਖਲ ਹੁੰਦਾ, ਸੀਰੀਅਸ ਹੁੰਦਾ, ਕੋਈ ਸਮੱਸਿਆ ਹੁੰਦੀ ਆ ਉਸਨੂੰ, ਕੋਈ ਓਪਰੇਸ਼ਨ ਹੋਣਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ, ਤਾਂ ਫਿਰ ਪਤਾ ਲੈਣਾ ਇਹ ਪੁੱਛਦੇ ਨੇ ਕਿ ਕੀ ਹਾਲ ਹੈ ਬਾਪੂ ਦਾ, ਹੁਣ ਕੋਈ ਦਵਾਈ ਅਸਰ ਕਰ ਰਹੀ ਆ, ਕੋਈ ਠੀਕ ਹੋਏਗਾ। ਬਿਲਕੁਲ ਉਸੇ ਤਰ੍ਹਾਂ ਤੁਹਾਨੂੰ ਪੰਜਾਬ ਦਾ ਦਰਦ ਹੈ, ਤੁਹਾਡਾ ਵੱਡਾ ਵਡੇਰਾ ਬਜ਼ੁਰਗ ਜਿਵੇਂ ਹੁੰਦਾ ਉਸ ਤਰੀਕੇ ਨਾਲ ਤੁਸੀਂ ਪੰਜਾਬ ਨੂੰ ਸਮਝਦੇ ਹੋ। ਫਿਰ ਤੁਸੀਂ ਪੁੱਛਦੇ ਹੋ ਕਿ ਕੋਈ ਬਾਹ ਫੜੇਗਾ ਪੰਜਾਬ ਦੀ, ਫਿਰ ਉਹ ਅਹਿਸਾਸ ਦੇ ਪੱਧਰ ਦੇ ਉੱਤੇ ਤੁਸੀਂ ਉਸ ਤਰੀਕੇ ਨਾਲ ਤੁਸੀਂ ਫਿਰ ਪੁੱਛਦੇ ਹੋ, ਉਹ ਭਾਵਨਾ ਹੈ ਤੁਹਾਡੀ। ਪਰ ਇੱਥੇ ਭਾਵਨਾ ਤਾਂ ਹੈ, ਸਮਝ ਨਹੀਂ ਆ ਰਿਹਾ ਕਿ ਕੀ ਕਰੀਏ, ਇਹਦਾ ਇਲਾਜ ਕੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਵਾਰ ਵਾਰ ਉਸ ਲੀਡਰ ਦੀ ਭਾਲ ਦੇ ਵਿੱਚੋਂ, ਵਾਰ ਵਾਰ ਤੁਸੀਂ ਇੱਕ ਲੀਡਰਸ਼ਿਪ ਵੱਲ ਦੇਖਦੇ ਹੋ ਕਿ ਉਹਦੇ ਵੱਲੋਂ ਕੋਈ ਹੁਕਮ ਹੋਵੇ, ਕਿ ਉਹਦੇ ਵੱਲੋਂ ਕੋਈ ਐਲਾਨ ਹੋਵੇ। ਤੁਸੀਂ ਵਾਰ ਵਾਰ ਅਕਾਲ ਤਖ਼ਤ ਵੱਲ ਦੇਖਦੇ ਹੋ, ਪਰ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਬ੍ਰਾਹਮਣ ਨੇ, ਬ੍ਰਾਹਮਣਵਾਦ ਨੇ ਇਸ ਢੰਗ ਦੇ ਨਾਲ ਕਬਜ਼ਾ ਕੀਤਾ ਕਿ ਤੁਸੀਂ, ਤੁਹਾਡੇ ਜੋ ਕਈਆਂ ਨੂੰ ਨਹੀਂ ਪਤਾ ਹੋਏਗਾ ਕਿ ਜਿਹੜੀਆਂ ਚੀਜ਼ਾਂ, ਜਿਹੜੀਆਂ ਸੰਸਥਾਵਾਂ, ਜਿਹੜੇ ਲੋਕ ਤੁਹਾਡੇ ਸਿਰ ਦੇ ਤਾਜ ਦੇ ਉੱਤੇ, ਤੁਹਾਡੇ ਸਿਰ 'ਤੇ ਜਿਹੜੀ ਪੱਗ ਹੈ ਉਹਦੇ 'ਤੇ ਲਗਾਤਾਰ ਸਟੈਂਡ ਲੈਂਦੇ ਰਹੇ ਨੇ, ਉਹਦੇ 'ਤੇ ਉਹਦੇ ਲਈ ਲਗਾਤਾਰ ਜੱਦੋਜਹਿਦ ਕੀਤੀ ਕਿ ਇਹ ਪੱਗ ਇੱਦਾਂ ਹੀ ਟਿਕੀ ਰਹੇ, ਤੁਹਾਡਾ ਇੱਜ਼ਤ, ਤੁਹਾਡਾ ਮਾਣ ਲਗਾਤਾਰ ਕਾਇਮ ਰਹੇ, ਤੁਹਾਡੀ ਅੱਖ ਦੀ ਚਮਕ ਹੈ ਜਿਹੜੀ ਉਹ ਬਰਕਰਾਰ ਰਹੇ। ਤੁਸੀਂ ਜਿਹੜਾ ਲੱਖਾਂ ਦੀ ਭੀੜ ਦੇ ਵਿੱਚ ਚੱਲਦੇ ਹੋ, ਤੁਰਦੇ ਹੋ, ਸਾਡੀਆਂ ਭੈਣਾਂ, ਸਾਡੇ ਭਰਾ ਲੱਖਾਂ ਦੀ ਭੀੜ 'ਚ ਵੀ ਪਹਿਚਾਣੇ ਜਾਂਦੇ ਹੋ, ਉਹ ਪਹਿਚਾਣ ਕਾਇਮ ਰਹੇ ਉਹਨਾਂ ਸੰਸਥਾਵਾਂ ਨੂੰ, ਉਹਨਾਂ ਵਿਅਕਤੀਆਂ ਨੂੰ, ਉਸ ਪ੍ਰਣਾਲੀ ਨੇ, ਉਸ ਸਿਸਟਮ ਨੇ ਤੋੜਿਆ, ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖਤਮ ਕੀਤਾ। ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇਖਦੇ ਹਾਂ, ਸਿਸਟਮ ਨੇ ਤੋੜਿਆ, ਟਕਸਾਲਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਕਾਲ ਤਖ਼ਤ ਦੀ ਉਹ ਸੀਟ ਹੈ ਜਿਸ 'ਤੇ ਬੈਠ ਕੇ ਕੋਈ ਵੀ ਜਥੇਦਾਰ ਜਿਹੜਾ ਹੈ ਕੌਮ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕਰਦਾ ਹੁੰਦਾ, ਜਿਹੜੇ ਕੌਮ ਦੇ ਵਿਵਾਦ ਨੇ ਉਹਨਾਂ ਨੂੰ ਸੁਝਾਉਂਦਾ ਹੁੰਦਾ, ਉਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਤਹਿਸ ਨਹਿਸ ਕੀਤਾ ਗਿਆ। ਅਤੇ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਸੀਂ ਸਰਵਉੱਚ ਨੂੰ ਕਹਿੰਦੇ ਹਾਂ ਸੁਪਰੀਮ, ਅਕਾਲੀ ਅਸੀਂ ਕਹਿੰਦੇ ਹਾਂ ਅਕਾਲ ਪੁਰਖ ਨੂੰ ਮੰਨਣ ਵਾਲਾ, ਉਸ ਪਾਰਟੀ ਦਾ ਕੀ ਹਾਲ ਕੀਤਾ ਉਹਨਾਂ ਨੇ, ਇਸ ਕਰਕੇ ਕਿ ਉਹ ਹਮੇਸ਼ਾ ਤਤਪਰ ਰਹਿੰਦੀਆਂ ਸਨ, ਇਹ ਸੰਸਥਾਵਾਂ, ਇਹ ਪਾਰਟੀਆਂ ਤੁਹਾਡੀ ਸਿਰ 'ਤੇ ਜਿਹੜੀ ਪੱਗ ਧਰੀ ਹੋਈ ਹੈ
ਉਹਨੂੰ ਕਾਇਮ ਰੱਖਣ ਲਈ, ਉਹ ਪਛਾਣ ਨੂੰ ਬਰਕਰਾਰ ਰੱਖਣ ਦੇ ਲਈ। ਤੇ ਅਸੀਂ ਇਹ ਕੁਝ ਵੀ ਸਮਝ ਨਹੀਂ ਸਕੇ। ਪਰਤ ਦਰ ਪਰਤ ਅਜਿਹੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਸਾਡੇ ਨਾਲ ਹੁੰਦੀਆਂ ਨੇ। ਆ ਗੁਰਦੁਆਰਿਆਂ ਦੇ ਵਿੱਚ ਜੋ ਕੁਝ ਅਸੀਂ ਸੁਣ ਰਹੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਇਹ ਸਾਰਾ ਕੁਝ ਤੁਹਾਡੇ ਨਾਲ ਹੁੰਦਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਗੁਰੂ ਦੇ ਸ਼ਬਦ ਨਾਲੋਂ ਦੂਰੀ ਵੱਧਦੀ ਜਾਂਦੀ ਹੈ। ਤੁਸੀਂ ਇਸ ਨਾਲੋਂ ਨਿਖੜਦੇ ਹੋ, ਟੁੱਟਦੇ ਹੋ, ਅਤੇ ਉਹਨਾਂ ਘਟਨਾਵਾਂ ਦੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਬੌਣਾ ਹੋਇਆ ਮਹਿਸੂਸ ਕਰਦੇ ਹੋ। ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਨਾਲ ਇੱਕ ਅਜਿਹੇ ਅਫਸਰਾਂ ਦੀ ਟੋਲੀ ਹੈ ਜਿਸਦਾ ਕਾਰਜ ਸਿਰਫ ਇਹ ਹੈ ਕਿ ਤੁਹਾਨੂੰ ਅਫਵਾਹਾਂ ਦੇ ਜ਼ਰੀਏ ਅਤੇ ਤੁਹਾਨੂੰ ਵਿਵਾਦਾਂ ਦੇ ਜ਼ਰੀਏ ਉਲਝਾ ਕੇ ਕਿਵੇਂ ਰੱਖਣਾ। ਮੈਂ ਉੱਥੇ ਕੰਮ ਕੀਤਾ, ਮੈਨੂੰ ਪਤਾ ਤੁਹਾਡੇ ਗੱਲ ਸ਼ਾਇਦ ਹਜ਼ਮ ਨਾ ਹੋਵੇ, ਡਾਈਜੈਸਟ ਨਾ ਹੋਵੇ। ਇੱਕ ਦੋ ਤਿੰਨ ਅਫਸਰਾਂ ਦਾ ਕੰਮ ਹੀ ਇਹ ਹੈ ਕਿ ਤੁਹਾਨੂੰ ਉਲਝਾਇਆ ਹੀ ਰੱਖਿਆ ਜਾਵੇ ਕਿ ਤੁਸੀਂ ਤਿੱਖੀ ਚੁੰਝ ਵਾਲੀ ਪੱਗ ਕਿਉਂ ਨਹੀਂ ਬੰਨਦੇ, ਤੁਸੀਂ ਗੋਲ ਪੱਗ ਕਿਉਂ ਨਹੀਂ ਬੰਨਦੇ, ਤੁਸੀਂ ਪਾਠ ਕਿੰਨਾ ਕਰਦੇ ਹੋ, ਤੁਸੀਂ ਦਾੜੀ ਕੱਟੀ ਹੋਈ ਹੈ, ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਨਹੀਂ ਜਾਂਦੇ। ਇਹ ਵਿਵਾਦਾਂ 'ਚ ਤੁਸੀਂ ਲਗਾਤਾਰ ਉਲਝੇ ਰਹੋ। ਇੱਕ ਬਜਟ ਦਾ ਵੱਡਾ ਹਿੱਸਾ ਉਹਨਾਂ ਨੂੰ ਅਲਾਟ ਕੀਤਾ ਜਾਂਦਾ ਹੈ, ਉਹਨਾਂ ਦਾ ਕੰਮ ਸਿਰਫ ਇਹੋ ਹੀ ਹੈ। ਕਿਉਂ? ਕਿਉਂਕਿ ਤੁਹਾਨੂੰ ਸ਼ਬਦ ਨਾਲੋਂ ਦੂਰ ਕੀਤਾ ਜਾਵੇਗਾ। ਸ਼ਬਦ ਨਾਲ ਜਦੋਂ ਤੁਸੀਂ ਜੁੜਦੇ ਹੋ, ਸ਼ਬਦ 'ਤੇ ਵਿਚਾਰ ਕਰਦੇ ਹੋ, ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰਦੇ ਹੋ, ਮੱਥਾ ਟੇਕ ਕੇ ਨਹੀਂ, ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰਦੇ ਹੋ, ਉੱਥੇ ਤੁਹਾਨੂੰ ਰਾਜ ਦਾ ਇੱਕ ਸੰਕਲਪ ਦਿਖਾਈ ਦਿੰਦਾ, ਆਪਣਾ ਸੋਵਰੇਨ ਸਟੇਟ ਦਿਖਾਈ ਦਿੰਦੀ ਹੈ। ਹਲੇਮੀ ਰਾਜ ਬੇਗਮਪੁਰਾ ਤੁਹਾਨੂੰ ਦਿਖਾਈ ਦੇਣ ਲੱਗ ਜਾਂਦਾ। ਉਹਦੇ ਤੋਂ ਦੂਰ ਕਰਨਾ ਚਾਹੁੰਦੇ ਨੇ। ਇਹ ਲਗਾਤਾਰ ਚੱਲ ਰਿਹਾ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਚੱਲ ਰਿਹਾ। ਅਸੀਂ ਗੱਲ ਨਹੀਂ ਕਰਦੇ, ਉਸ ਸਿਸਟਮ ਦੀ ਗੱਲ ਨਹੀਂ ਕਰਦੇ ਅਸੀਂ। ਅਸੀਂ ਜਿਹੜੇ ਰਾਜਿਆਂ ਨੂੰ ਕੁੱਤੇ ਕਿਹਾ ਗੁਰੂ ਨਾਨਕ ਦੇਵ ਜੀ ਨੇ, ਅਸੀਂ ਉਹ ਰਾਜਿਆਂ ਨੂੰ ਕੁੱਤੇ ਨਹੀਂ ਕਹਿੰਦੇ ਹੈਗੇ। ਅਸੀਂ ਰਾਜਿਆਂ ਦੇ ਸਰੂਪੇ ਪਾਉਂਦੇ ਹਾਂ, ਹਾਰ ਪਾਉਂਦੇ ਹਾਂ ਗਲਾਂ 'ਚ, ਅਸੀਂ ਵੋਟ ਪਾ ਕੇ ਉਹਨਾਂ ਨੂੰ ਜਿਤਾਉਂਦੇ ਹਾਂ। ਗੁਰੂ ਨਾਨਕ ਦੀ ਵਿਰੋਧਤਾ ਕਰ ਰਹੇ ਹਾਂ ਅਸੀਂ, ਮੱਥਾ ਟੇਕਣ ਦਾ ਦਿਖਾਵਾ ਕਰਦੇ ਹਾਂ ਪਰ ਗੁਰੂ ਨਾਨਕ ਦੀ ਵਿਰੋਧਤਾ ਕਰ ਰਹੇ ਹਾਂ। ਸੋ ਜੋ ਉੱਥੇ ਪੰਜਾਬ ਦੇ ਵਿੱਚ ਕੌਮ ਦਾ ਹਾਲ ਹੈ, ਫਿਰ ਉਹਦੇ ਲਈ ਜ਼ਿੰਮੇਵਾਰ ਤਾਂ ਅਸੀਂ ਆਪੇ ਹੀ ਹੋਏ ਨਾ। ਵਿਚਾਰ ਹੈ, ਇਹ ਸਾਨੂੰ ਬੈਠ ਕੇ ਸੋਚਣਾ ਪਏਗਾ। ਤੁਸੀਂ ਉਸ ਧਰਤੀ ਨਾਲੋਂ ਮਾਨਸਿਕ ਤੌਰ ਦੇ ਉੱਤੇ ਨਹੀਂ ਟੁੱਟੇ, ਨਾ ਟੁੱਟ ਸਕਦੇ ਹੋ। ਉਹਨੇ ਤੁਹਾਨੂੰ ਤੁਹਾਡੇ ਸਿੱਖੀ ਦੇ ਪਹਿਲੇ ਸਕੂਲ ਨਾਲੋਂ ਤੋੜਿਆ, ਤੁਸੀਂ ਬਰਦਾਸ਼ਤ ਕਰ ਲਿਆ। ਨਨਕਾਣਾ ਸਾਹਿਬ ਨਾਲੋਂ ਤੋੜਿਆ, 6 ਲੱਖ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਹੁੰਦਾ 1947 ਦੇ ਵਿੱਚ, ਤੁਸੀਂ ਬਰਦਾਸ਼ਤ ਕਰ ਲਿਆ। ਤੁਸੀਂ 12% ਆਬਾਦੀ ਸੀ ਤੁਹਾਡੀ 1947 ਤੋਂ ਪਹਿਲਾਂ ਪੰਜਾਬ 'ਚ, 73% ਧਰਤੀ ਦੇ ਉੱਤੇ ਤੁਸੀਂ ਕਾਬਜ਼ ਸੀ ਪੰਜਾਬ ਦੇ। ਉਹ ਜ਼ਮੀਨ ਤੁਹਾਡੀ ਖੋਹੀ ਗਈ ਇੱਕ ਸਾਜ਼ਿਸ਼ ਦੇ ਤਹਿਤ, ਤੁਸੀਂ ਬਰਦਾਸ਼ਤ ਕਰ ਲਿਆ। ਤੁਹਾਨੂੰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਦੁਬਾਰਾ ਤੁਸੀਂ ਉਹਦੇ ਨਾਲ ਜੁੜੇ, ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਜੁੜੇ, ਆਪਣੀਆਂ ਕਦਰਾਂ ਕੀਮਤਾਂ ਨਾਲ ਜੁੜੇ, ਤੁਸੀਂ ਦੁਬਾਰਾ ਮਿਹਨਤਾਂ ਕੀਤੀਆਂ, ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹੇ ਹੋਏ, ਤੁਸੀਂ ਫਿਰ ਤੋਂ
ਆਪਣੇ ਖੁਸੇ ਹੋਏ ਰਾਜ ਦੀ ਗੱਲ ਕਰਨ ਜੋਗੇ ਹੋਏ, ਤੁਸੀਂ ਫਿਰ ਤੋਂ ਹਲੇਮੀ ਰਾਜ ਸਥਾਪਿਤ ਕਰਨ ਵੱਲ ਵਧਣ ਦੀ ਗੱਲ ਕਰਨ ਲੱਗੇ, ਤੁਸੀਂ ਫਿਰ ਤੋਂ ਆਪਣਾ ਬੇਗਮਪੁਰਾ ਸ਼ਹਿਰ ਵਸਾਉਣ ਦੀ ਗੱਲ ਕਰਨ ਲੱਗੇ, ਇਹ ਗੱਲ ਉਸ ਪ੍ਰਣਾਲੀ ਨੂੰ ਹਜ਼ਮ ਨਹੀਂ ਹੁੰਦੀ ਹੈਗੀ, ਉਸ ਸਿਸਟਮ ਨੂੰ ਹਜ਼ਮ ਨਹੀਂ ਹੁੰਦੀ ਹੈਗੀ। ਇਹਦੇ 'ਚ ਬੀਜ ਨੇ ਤੁਹਾਡੇ ਉੱਥੇ ਕੁੱਟ ਪੈਣ ਦੇ, ਇਸ ਗੱਲ 'ਚ ਬੀਜ ਨੇ ਤੁਹਾਨੂੰ ਸਪਰੇਆਂ ਰਾਹੀਂ ਕੀਟਨਾਸ਼ਕਾਂ ਰਾਹੀਂ ਮਾਰਨ ਦੇ, ਇਸ ਗੱਲ 'ਚ ਉਹ ਸਾਰਾ ਕੁਛ ਲੁਕਿਆ ਹੋਇਆ ਜਿਹੜਾ ਕਾਰਨ ਬਣਦਾ ਅਕਾਲ ਤਖ਼ਤ ਸਾਹਿਬ ਢਾਉਣ ਦੇ, ਜਿਹੜਾ ਕਾਰਨ ਬਣਦਾ 1984 ਦੇ ਵਿੱਚ ਭਾਰਤ ਦੇ ਜਿਹੜੇ ਵੱਖ ਵੱਖ ਸ਼ਹਿਰ ਨੇ ਉਹਨਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਘਟਨਾਵਾਂ ਹੋਈਆਂ ਜਿਨ੍ਹਾਂ 'ਚ ਸਾਡੇ ਗਲਾਂ 'ਚ ਟੈਰ ਪਾ ਕੇ ਸਾਨੂੰ ਸਾੜਿਆ ਗਿਆ, ਉਹ ਕਾਰਨ ਲੁਕੇ ਹੋਏ ਨੇ, ਉਹ ਬੀਜ ਨੇ। ਉਹ ਕਹਿੰਦੇ ਨੇ ਕਿ ਤੁਸੀਂ ਭਾਰਤੀ ਹੋ, ਤੁਸੀਂ ਸਾਡੇ ਵਰਗੇ ਹੋ, ਸਾਡੀ ਉਪਜ ਹੋ ਤੁਸੀਂ। ਸਰਦਾਰ ਰਵੀ ਸਿੰਘ ਕਹਿੰਦੇ ਨੇ ਕਿ ਨਹੀਂ, ਮੈਂ ਭਾਰਤੀ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਇਹੋ ਜਿਹੇ ਅਵਾਰਡਾਂ ਨੂੰ ਠੋਕਰ ਮਾਰਦਾ ਜਿਹੜੇ ਅਵਾਰਡ ਮੇਰੀ ਕੌਮ ਨੂੰ ਦਬਾ ਕੇ ਉਸਤੇ ਜ਼ੁਲਮ ਕਰਕੇ ਉਸ ਨਾਲ ਧੱਕੇਸ਼ਾਹੀ ਕਰਨ ਵਾਲੀ ਜਿਹੜੀ ਪ੍ਰਣਾਲੀ ਜਾਂ ਸਿਸਟਮ ਆ ਉਹ ਮੈਨੂੰ ਦੇ ਰਿਹਾ। ਹੁਣ ਤੁਹਾਡੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਦਿੱਤੀ ਸਰਦਾਰ ਰਵੀ ਸਿੰਘ ਹੋਰਾਂ ਨੇ, ਸਾਨੂੰ ਦੁਬਾਰਾ ਇੱਕ ਵਾਰ ਨਵਾਬ ਕਪੂਰ ਸਿੰਘ ਯਾਦ ਕਰਵਾ ਦਿੱਤੇ ਉਹਨਾਂ ਨੇ। ਹੁਣ ਨਵੇਂ ਜਿਹੜੇ ਬੱਚੇ ਨੇ, ਦੇਖੋ ਇਹ ਘਟਨਾਵਾਂ ਸੁੱਤੇ ਸਿੱਧ ਹੁੰਦੀਆਂ ਨੇ, ਜਿਹੜੇ ਨਵੇਂ ਬੱਚੇ ਨੇ ਨਵੇਂ ਪੋਚਦੇ ਉਹ ਜ਼ਰੂਰ ਸਵਾਲ ਕਰਨਗੇ ਕਿ ਨਵਾਬ ਕਪੂਰ ਸਿੰਘ ਕੌਣ ਸਨ। ਇਹ ਇਤਿਹਾਸ ਦਾ ਦੁਹਰਾ ਰਵੀ ਸਿੰਘ ਦੀ ਇੱਕ ਸਟੇਟਮੈਂਟ ਹੈ ਕਿ ਮੈਂ ਠੋਕਰ ਮਾਰਦਾ ਤੇਰੇ ਅਵਾਰਡਾਂ ਨੂੰ। ਨਵਾਬ ਕਪੂਰ ਸਿੰਘ ਉਹਨਾਂ ਨੇ ਕਿਹਾ ਸੀ ਠੋਕਰ ਮਾਰਦੇ ਹਾਂ ਅਸੀਂ ਨਵਾਬੀ। ਸੋ ਉੱਥੇ ਦੁਬਾਰਾ ਇਤਿਹਾਸ ਦੁਹਰਾ ਦਿੱਤਾ ਇੱਕ ਸਟੇਟਮੈਂਟ ਹੈ। ਇਹ ਸਿੱਖੀ ਦਾ ਵਰਤਾਰਾ, ਇਹ ਆਪਣੇ ਆਪ ਦੇ ਵਿੱਚ ਇੱਕ ਸੇਧ ਹੈ, ਇਹੋ ਜਿਹੀ ਸੇਧ ਹੈ ਜਿਹੜੀ ਨਾ ਤਾਂ ਬਾਦਲ ਦੇ ਜਥੇਦਾਰਾਂ ਨੇ ਦਿੱਤੀ ਹੁਣ ਤੱਕ 34 ਸਾਲਾਂ ਦੇ ਵਿੱਚ, ਨਾ ਬਾਦਲਾਂ ਨੇ ਦੇਣੀ ਹੈ ਅਤੇ ਨਾ ਸਾਡੇ ਦੇ ਥੋਪੀ ਹੋਈ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਦਿੱਤੀ 34 ਸਾਲਾਂ ਦੇ ਵਿੱਚ। ਇਹ ਸੁੱਤੇ ਸਿੱਧ ਇੱਕ ਸਟੇਟਮੈਂਟ ਜਿਹੜੀ ਦਿੱਤੀ ਗਈ, ਉਹਨੇ ਸਿੱਖ ਦਾ ਸੰਕਲਪ ਵੀ ਪੇਸ਼ ਕਰ ਦਿੱਤਾ, ਸਿੱਖ ਦੀ ਵਿਚਾਰਧਾਰਾ ਵੀ ਤੁਹਾਡੇ ਸਾਹਮਣੇ ਆ ਗਈ ਅਤੇ ਸਿੱਖ ਦੇ ਟੀਚੇ ਕੀ ਨੇ ਅਤੇ ਉਹਦਾ ਕਾਰਜ ਕੀ ਹੈ। ਇੱਕ ਪਾਸੇ ਸਰਬੱਤ ਦੇ ਭਲੇ ਦੀ ਲੋਕਾਈ ਦੀ ਸੇਵਾ ਕਰ ਰਹੇ ਨੇ, ਭਾਵੇਂ ਉਹ ਰੋਹਿੰਗਿਆ ਮੁਸਲਮਾਨਾਂ 'ਤੇ ਜ਼ੁਲਮ ਹੋਣ, ਬਰਮਾ ਦੇ ਵਿੱਚ ਬੰਗਲਾਦੇਸ਼ ਜਾ ਕੇ ਲੰਗਰ ਲਾਉਣੇ ਹੋਣ, ਨੇਪਾਲ ਦੇ ਵਿੱਚ ਭੁਚਾਲ ਆਇਆ ਉੱਥੇ ਜਾ ਕੇ ਲੰਗਰ ਲਾਉਣੇ ਹੋਣ, ਠੰਡ ਦੇ ਵਿੱਚ ਠੰਡੇ ਲੋਕਾਂ ਨੂੰ ਕੱਪੜੇ ਬਿਸਤਰੇ ਦੇ ਕੇ ਆਉਣੇ ਹੋਣ, ਇਰਾਕ ਦੇ ਵਿੱਚ, ਸੀਰੀਆ ਦੇ ਵਿੱਚ ਜਾਂ ਵੈਸਟ ਬੈਂਕ ਗਾਜ਼ਾ ਪੱਟੀ ਹੈ ਜਿਹੜੀ ਜਿੱਥੇ ਫਲਸਤੀਨੀਆਂ ਦੇ ਕਤਲ ਹੋ ਰਹੇ ਨੇ, ਜਾਂ ਉੱਥੇ ਜਾ ਕੇ ਲੰਗਰ ਲਾਉਣੇ ਹੋਣ, ਮਨੁੱਖਤਾ ਦੀ ਸੇਵਾ ਕਰਨੀ ਹੋਵੇ, ਕਿਤੇ ਕੋਈ ਦੁਨੀਆ ਦੇ ਵਿੱਚ ਜਿੱਥੇ ਸਰਕਾਰ ਦਾ ਸਿਸਟਮ ਕੰਮ ਨਹੀਂ ਕਰ ਸਕਿਆ, ਮੌਕੇ ਦੀਆਂ ਸਰਕਾਰਾਂ ਦੇ ਸਿਸਟਮ ਨਹੀਂ ਕੰਮ ਕਰ ਸਕੇ ਲੋਕਾਂ ਨੂੰ ਰਾਹਤ ਦੇਣ ਲਈ, ਉੱਥੇ ਸਰਦਾਰ ਰਵੀ ਸਿੰਘ ਹੋਰਾਂ ਨੇ, ਖਾਲਸਾ ਏਡ ਨੇ ਉੱਥੇ ਜਾ ਕੇ ਰਾਹਤ ਦਿੱਤੀ। ਇੱਕ ਪਾਸੇ ਭਾਈ ਕਨਈਆ ਦਾ ਰੋਲ ਵੀ ਕਰ ਰਿਹਾ ਤੇ ਜਦੋਂ ਇਹੋ ਜਿਹੇ ਇੱਕ ਤਪਸਵੀ ਨੂੰ, ਸੇਵਾਦਾਰ ਨੂੰ ਅਪਣਾਉਣ ਲਈ ਇੱਕ ਜ਼ੋਰ ਅਜ਼ਮਾਈ ਹੋ ਰਹੀ ਹੋਵੇ ਦੁਨੀਆ ਦੇ ਮੁਲਕਾਂ ਦੇ ਵਿੱਚ,
ਉੱਥੇ ਭਾਰਤ ਦਾ ਉਹ ਸਿਸਟਮ ਜਿੱਥੇ ਉਸਨੇ ਗੁਰੂ ਨੂੰ ਸਾੜਨ ਦੀ, ਫਾੜਨ ਦੀ, ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਕੀਤਾ ਹੋਵੇ, ਤੇ ਤੁਹਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਹੋਵੇ, ਤੁਹਾਡੇ ਮੁਕੱਦਸ ਰਾਜਨੀਤਿਕ ਸਥਾਨ ਨੂੰ ਢਹਿ ਢੇਰੀ ਕੀਤਾ ਹੋਵੇ, ਤੇ ਉਹ ਸਿਸਟਮ ਵੀ ਉਸਨੂੰ ਅਪਣਾਉਣ ਦੀ ਕੋਸ਼ਿਸ਼ ਕਰਦਾ। ਦੇਖੋ, ਅਵਾਰਡ ਦੇਣ ਦੀ ਕੋਸ਼ਿਸ਼ ਕਰਦਾ। ਇੱਥੇ ਹੁਣ ਉਹ ਤੁਹਾਡੇ ਸਾਹਮਣੇ ਆ ਗਿਆ। ਤੁਹਾਡੇ ਚੋਂ ਬਹੁਤੇ ਜਿਹੜੇ ਨੌਜਵਾਨ ਨੇ ਜਾਂ ਸਾਡੇ ਵੀਰ ਨੇ, ਬਜ਼ੁਰਗ ਨੇ, ਉਹ ਕਈ ਵਾਰ ਸਵਾਲ ਕਰਦੇ ਨੇ ਕਿ ਦੱਸੋ ਅਸੀਂ ਕੀ ਕਰੀਏ, ਕਿ ਇੰਨਾ ਕੁਛ ਹੋ ਰਿਹਾ, ਲੀਡਰਸ਼ਿਪ ਹੈ ਨਹੀਂ, ਸਾਨੂੰ ਪਤਾ ਅਸੀਂ ਮਰ ਰਹੇ ਹਾਂ, ਸਰਕਾਰਾਂ ਸਾਡੇ ਨਾਲ ਧੋਖਾ ਕਰ ਰਹੀਆਂ ਨੇ, ਪੰਜਾਬ ਨੂੰ ਲੁੱਟ ਰਹੀਆਂ ਨੇ, ਪੰਜਾਬ ਦਾ ਪਾਣੀ ਜ਼ਹਿਰੀ ਹੋ ਗਿਆ, ਜਿਹੜਾ ਥੋੜ੍ਹਾ ਬਹੁਤਾ ਬਚਿਆ ਬਾਕੀ ਪਾਣੀ ਲੁੱਟ ਲਿਆ ਇਹਨਾਂ ਨੇ, ਭਾਸ਼ਾ 'ਤੇ ਹਮਲੇ ਹੋ ਰਹੇ ਨੇ, ਤੁਹਾਡੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲਾਂ ਦੇ ਵਿੱਚ ਉੱਥੇ ਅੰਗਰੇਜ਼ੀ ਜ਼ਰੂਰੀ ਕਰ ਦਿੱਤੀ, ਪੰਜਾਬੀ ਨੂੰ ਆਪਸ਼ਨਲ ਕਰ ਦਿੱਤਾ ਸਰਕਾਰੀ ਸਕੂਲਾਂ ਦੇ ਵਿੱਚ, ਇੰਨਾ ਕੁਛ ਕੀਤਾ ਜਾ ਰਿਹਾ ਤਾਂ ਕਿ ਤੁਸੀਂ ਪੰਜਾਬੀ ਪੜ੍ਹੋ ਹੀ ਨਾ ਬਚਪਨ ਤੋਂ ਹੀ, ਪੰਜਾਬ ਦਾ ਜਿਹੜਾ ਸਿੱਖ ਬੱਚਾ ਪੰਜਾਬੀ ਨਾਲੋਂ ਦੂਰ ਹੋ ਜਾਏ, ਪੰਜਾਬੀ ਨਾਲੋਂ ਗੁਰਮੁਖੀ ਨਾਲੋਂ ਦੂਰ ਹੋ ਗਿਆ, ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਦੂਰ ਕਰਨਾ ਕਿੰਨਾ ਔਖਾ। ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ। ਸੋ ਉਹ ਇਹਦੇ ਸਾਰੇ ਕੁਛ ਚੋਂ ਉਪਜਦਾ ਕਿ ਅਸੀਂ ਕਰੀਏ ਕੀ ਕੀਤਾ ਜਾਵੇ। ਸੋ ਉੱਥੇ ਸਰਦਾਰ ਰਵੀ ਸਿੰਘ ਜੀ ਨੇ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ। ਉਹਨਾਂ ਨੂੰ ਕਿਸੇ ਅਕਾਲ ਤਖ਼ਤ ਦੇ ਜਥੇਦਾਰ ਨੇ ਥੋੜ੍ਹਾ ਆਰਡਰ ਕੀਤਾ ਸੀ ਕਿ ਤੁਸੀਂ ਅਵਾਰਡ ਨਾ ਲਓ ਜਾਂ ਇਹ ਸਵਾਲ ਕਰੋ। ਕਿਸੇ ਸਿਮਰਨਜੀਤ ਸਿੰਘ ਮਾਨ ਨੇ ਥੋੜ੍ਹਾ ਕਿਹਾ ਸੀ ਉਹਨਾਂ ਨੂੰ ਕਿ ਇੱਦਾਂ ਦਾ ਤੁਸੀਂ ਪਲਟਵਾਰ ਕਰ ਦਿਓ ਸਰਕਾਰ ਦੇ ਉੱਤੇ। ਕਿਸੇ ਅਕਾਲੀ ਜਥੇ ਨੇ ਥੋੜ੍ਹਾ ਕਿਹਾ ਸੀ ਉਹਨਾਂ ਨੂੰ। ਕਿਸੇ ਵਿਦਵਾਨ ਨੇ ਥੋੜ੍ਹਾ ਉਹਨਾਂ ਨੂੰ ਕਿਹਾ ਸੀ ਕਿ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿ ਇਸ ਤਰ੍ਹਾਂ ਤੁਸੀਂ ਕਰੋ। ਉਹ ਸਿੱਖੀ ਅੰਦਰੋਂ ਸੁੱਤੇ ਸਿੱਧ ਪ੍ਰਵਾਹਿਤ ਹੁੰਦੀ ਹੈ। ਉਹ ਹਲੇਮੀ ਰਾਜ ਦਾ, ਬੇਗਮਪੁਰਾ ਸ਼ਹਿਰ ਦਾ ਜਿਹੜਾ ਸੰਕਲਪ ਹੈ ਉਹ ਸੁੱਤੇ ਸਿੱਧ ਪ੍ਰਵਾਹਿਤ ਹੁੰਦਾ ਆਪਣੇ ਆਪ, ਹੋਇਆ ਸਾਡੇ ਸਾਹਮਣੇ। ਸੋ ਅਸੀਂ ਆਪਣੇ ਤੌਰ ਦੇ ਉੱਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ, ਖਾਸ ਕਰਕੇ ਬੱਚੀਆਂ ਨੂੰ, ਅਸੀਂ ਅਜਿਹੇ ਤਰੀਕੇ ਨਾਲ ਅਸੀਂ ਗੁਰੂ ਨਾਲ ਜੋੜੀਏ, ਮੱਥਾ ਜਿਹੜਾ ਧਰਤੀ ਦੇ ਨਾਲ ਲਾ ਕੇ ਸਿਜਦਾ ਕਰਨ ਨਾਲ ਨਹੀਂ, ਉਹਦੇ ਦਰਸ਼ਨ ਕਰਨੇ ਆ, ਅਸੀਂ ਵਿਚਾਰ ਵਟਾਂਦਰਾ ਕਰਨਾ, ਅਸੀਂ ਇਹੋ ਜਿਹੇ ਤਰੀਕੇ ਨਾਲ ਦਿਨ ਦਾ ਇੱਕ ਹਿੱਸਾ, ਕੁਛ ਸਮਾਂ, ਇੱਕ ਘੜੀ ਥੋੜ੍ਹਾ ਬਹੁਤਾ ਅਸੀਂ ਡਿਬੇਟ ਕਰੀਏ, ਵਿਚਾਰ ਵਟਾਂਦਰਾ ਕਰੀਏ, ਆਪਣੇ ਸੰਕਲਪ ਦੀ ਗੱਲ ਕਰੀਏ ਅਸੀਂ, ਅਤੇ ਆਪਣੇ ਬੱਚੇ ਨੂੰ ਦੱਸੀਏ ਕਿ ਇਹ ਸਾਰਾ ਕੁਝ ਸਾਡੇ ਨਾਲ ਪੰਜਾਬ ਦੇ ਵਿੱਚ ਹੋ ਰਿਹਾ। ਤਾਂ ਇੱਕ ਗੱਲ ਦੀ ਗਰੰਟੀ ਮੰਨਿਓ, ਜਿਹੜੇ ਬੱਚੇ ਨੂੰ ਇਹ ਸਾਰਾ ਕੁਛ ਪਤਾ ਹੋਏਗਾ ਨਾ ਕਿ ਸਾਡੇ ਨਾਲ ਹੋ ਕੀ ਰਿਹਾ, ਸੱਚ ਮੰਨਿਓ, ਇਹ ਗੱਲ ਲਿਖ ਲਓ, ਤੁਹਾਡਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੂਜੇ ਸੰਸਾਰ ਦੇ ਮੁਲਕ ਦੇ ਵਿੱਚ ਵਿਚਰਦਾ ਹੋਇਆ ਕੋਈ ਗਲਤੀ ਨਹੀਂ ਕਰੇਗਾ। ਉਸਦੇ ਮਨ ਦੇ ਵਿੱਚ, ਉਸਦੇ ਮਨ ਦੀਆਂ ਤਹਿਾਂ ਦੇ ਵਿੱਚ ਇੱਕ ਗੱਲ ਬੈਠ ਜਾਏਗੀ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ, ਕਿਉਂ ਹੋ ਰਿਹਾ, ਕਿਉਂ ਹੋਇਆ, ਉਹ ਸੰਕਲਪ ਪੈਦਾ ਹੋਏਗਾ। ਤੇ ਫਿਰ ਭਾਵੇਂ ਉਹ ਆਸਟ੍ਰੇਲੀਆ ਦੀ ਧਰਤੀ 'ਤੇ ਵੱਡਾ ਹੁੰਦਾ, ਜਵਾਨ ਹੁੰਦਾ, ਹੋ ਸਕਦਾ ਕਿ ਉਹ ਆਪਣੇ ਆਲੇ ਦੁਆਲੇ ਦੀ ਲੋਕਾਈ ਦੀ ਸੇਵਾ ਕਰੇ ਅਤੇ ਉਹਦੇ 'ਚੋਂ ਆਪਣੇ ਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕਰੇ। ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਨਾ। ਇਹ ਵੀ ਹੋ ਸਕਦਾ ਕਿ ਜੇ ਮਾਂ ਜਿਹੜੇ ਬੱਚੇ ਖੇਡ ਰਹੇ ਨੇ ਛੋਟੇ, ਉਹਨਾਂ ਦੀ ਗੋਦ ਦੇ ਵਿੱਚ,
ਜੇ ਉਹਨਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਉਸ ਸੰਕਲਪ ਦੇ ਰਾਹ ਤੋਰੇਗੀ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹੁੰਚ ਜਾਣ। ਕਿਉਂਕਿ ਜੋ ਕੰਮ ਇੱਕ ਭੈਣ ਕਰ ਸਕਦੀ ਹੈ ਸਾਡੀ, ਇੱਕ ਮਾਂ ਕਰ ਸਕਦੀ ਹੈ, ਅਸੀਂ ਤਾਂ ਨਹੀਂ ਕਰ ਸਕਦੇ ਹੈਗੇ, ਅਸੀਂ ਭਾਈ ਨਹੀਂ ਕਰ ਸਕਦੇ ਹੈਗੇ। ਤੁਹਾਡੇ ਹੱਥ 'ਚ ਚਾਬੀ ਹੈ ਸਿੱਖ ਸਮਾਜ ਦੀ। 3-4 ਸਾਲ ਤੋਂ ਜਦੋਂ ਤੋਂ ਬੱਚਾ ਬੋਲਣ ਲੱਗਦਾ, ਕੁਛ ਸਮਝਣ ਲੱਗਦਾ, ਉਦੋਂ ਤੋਂ ਲੈ ਕੇ 12 ਸਾਲ ਤੱਕ ਦੀ ਬੱਚੇ ਦੀ ਉਮਰ ਹੁੰਦੀ ਹੈ ਕਿ ਜੋ ਕੁਛ ਮਾਂ ਉਸਨੂੰ ਮੁੱਢਲੇ ਜੀਵਨ ਦੇ ਵਿੱਚ ਦੱਸਦੀ ਹੈ, ਸਿਖਾਉਂਦੀ ਹੈ, ਉਹ ਜਦੋਂ ਤੱਕ ਬੱਚਾ ਜਿਉਂਦਾ ਰਹਿੰਦਾ, ਜਦੋਂ ਤੱਕ ਮਨੁੱਖ ਰੂਪ ਦੇ ਵਿੱਚ ਉਹਦੇ ਸਾਹ ਹੁੰਦੇ ਨੇ, ਉਹ ਗੱਲਾਂ ਨਹੀਂ ਭੁੱਲਦਾ, ਉਹ ਉਹਦੀ ਬੁਨਿਆਦ ਹੁੰਦੀਆਂ ਨੇ। ਸੋ ਇਹ ਜਿਹੜੀ ਮਾਂ ਵੱਲੋਂ ਦਿੱਤੀ ਗਈ ਐਜੂਕੇਸ਼ਨ ਦੁਨਿਆਵੀ ਐਜੂਕੇਸ਼ਨ ਦੇ ਲਈ ਰਾਹ ਪੱਧਰਾ ਕਰਦੀ ਹੈ। ਤੁਸੀਂ ਜੋ ਕੁਝ ਵਰਤਾਰਾ ਹੁੰਦਾ ਹੈ ਜਾਂ ਜੋ ਕੁਝ ਹੋਰ ਹੈ ਕੌਮ ਦੇ ਨਾਲ, ਜੇਕਰ ਉਹਦੇ ਬਾਰੇ ਬੱਚੇ ਨੂੰ ਨਹੀਂ ਦੱਸੋਗੀਆਂ ਤਾਂ ਜੋ ਮੈਂ ਦੇਖਦਾ ਸਾਡੀ ਸਿੱਖੀ ਦੇ ਵਿੱਚ ਜਾਂ ਸਿੱਖ ਪਰਿਵਾਰਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਿਰਾਵਟਾਂ ਆਈਆਂ ਨੇ, ਤਾਂ ਉਹਦਾ ਕਿਤੇ ਨਾ ਕਿਤੇ ਇਹੋ ਹੀ ਕਾਰਨ ਕਿ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦਿੱਤਾ। ਜੇਕਰ ਮੈਂ ਅੱਜ ਤੁਹਾਡੇ ਸਾਹਮਣੇ ਬੋਲ ਰਿਹਾ, ਕੁਛ ਗੱਲ ਕਰ ਰਿਹਾ, ਜਾਂ ਮੈਂ ਜੋ ਕੁਛ ਕੀਤਾ ਹੁਣ ਤੱਕ ਪੱਤਰਕਾਰੀ ਦੇ ਵਿੱਚ, ਤਾਂ ਉਹਦਾ ਸਿਹਰਾ ਮੇਰੀ ਮਾਂ ਨੂੰ ਜਾਂਦਾ। ਮੈਂ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਸੁਣਿਆ ਕਿ ਕਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ 5 ਸਿੰਘਾਂ ਦਾ ਜਥਾ ਲੈ ਕੇ ਨਿਕਲਦਾ 10 ਲੱਖ ਦੀ ਫੌਜ ਦਾ ਟਾਕਰਾ ਕਰਨ ਦੇ ਲਈ, ਕਿਵੇਂ 14 ਸਾਲ ਦੀ ਉਮਰ ਦੇ ਵਿੱਚ ਜੋ ਬੱਚਾ ਜੁਝਾਰ ਸਿੰਘ ਹੈ, ਸਾਹਿਬਜ਼ਾਦਾ ਜੁਝਾਰ ਸਿੰਘ ਹੈ, ਉਹ ਦਸਮੇਸ਼ ਪਿਤਾ ਦੀ ਬੁੱਕਲ ਦੇ ਵਿੱਚ ਬੈਠਾ ਸਾਰਾ ਕੁਛ ਦੇਖ ਰਿਹਾ ਤੇ ਪਲਾਂ ਦੇ ਵਿੱਚ ਹੀ ਅਹਿਸਾਸ ਕਰਕੇ ਦੇਖ ਰਿਹਾ ਕਿ ਪਲਾਂ ਦੇ ਵਿੱਚ ਹੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਨੇਜਿਆਂ, ਤੀਰਾਂ ਤੇ ਬਰਛਿਆਂ ਦੇ ਨਾਲ ਵਿੰਨੀ ਜਾਂਦੀ ਹੈ। ਤੇ ਜੁਝਾਰ ਸਿੰਘ ਨੂੰ ਇਹ ਪਤਾ ਹੈ ਕਿ ਅੱਜ ਅਜੀਤ ਸਿੰਘ 5 ਸਿੰਘਾਂ ਦਾ ਜਥਾ ਲੈ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਿਆ ਤੇ ਕੱਲ੍ਹ ਨੂੰ ਮੈਂ ਵੀ ਜਾਣਾ ਚਾਹੀਦਾ। ਤੇ ਗੁਰੂ ਸਾਹਿਬ ਹਲਕੀ ਜੀ ਮੁਸਕਰਾਹਟ ਜਿਹੜੀ ਹੈ ਉਹਨਾਂ ਦੇ ਚਿਹਰੇ ਤੇ ਫਿਰਦੀ ਹੈ ਤੇ ਉਹ ਖੱਬੇ ਹੱਥ ਦੇ ਜ਼ੋਰ ਦੇ ਨਾਲ ਜੁਝਾਰ ਸਿੰਘ ਦਾ, ਜਿਹਦੀ ਉਮਰ ਸਿਰਫ 14 ਸਾਲ ਹੈ, ਮੋਢਾ ਦਬਾਉਂਦੇ ਨੇ, ਪਰਖਦੇ ਨੇ ਕਿ ਕਿੰਨੀ ਕੁ ਤਾਕਤ ਹੈ ਕਿ ਕੱਲ੍ਹ ਨੂੰ ਇਹਨੇ 5 ਸਿੰਘਾਂ ਦਾ ਜਥਾ ਲੈ ਕੇ ਜਾਣਾ। ਅਹਿਸਾਸ ਨਾਲ ਦੱਸਿਆ ਮੇਰੀ ਮਾਂ ਨੇ ਮੈਨੂੰ ਇਹ। ਅਹਿਸਾਸ ਦੇ ਪੱਧਰ ਦੇ ਉੱਤੇ ਚਲੀ ਗਈ ਮੇਰੀ ਮਾਂ ਜਦੋਂ ਡਿਲੀਵਰ ਕਰ ਰਹੀ ਹੈ ਮੈਂ ਗੋਦ ਦੇ ਵਿੱਚ ਬੈਠਾ, ਤੇ ਉਹ ਸਾਖੀ ਹਾਲੇ ਤੱਕ ਸਜੀਵ ਰੂਪ ਦੇ ਵਿੱਚ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਘੁੰਮਦੀ ਨਜ਼ਰ ਆਉਂਦੀ ਹੈ ਕਿ ਅੱਗੇ ਚੱਲ ਰਹੀ ਹੈ ਮਾਂ। ਫਿਰ ਦੱਸਦੀ ਹੈ ਕਿ ਮਾਤਾ ਗੁਜਰੀ ਨੂੰ ਪਤਾ ਹੈ ਕਿ ਚੋਬਦਾਰ ਆਏ ਨੇ 2 ਛੋਟੇ ਬੱਚਿਆਂ ਨੂੰ ਲੈਣ ਲਈ, ਕਿ ਅੱਜ ਇਹਨਾਂ ਵੱਲੋਂ ਬੁਲਾਈ ਜਾਣ ਵਾਲੀ ਫਤਿਹ ਆਖਰੀ ਫਤਿਹ ਹੋਵੇਗੀ। ਅਹਿਸਾਸ ਹੈ ਉਹ ਹੁਣ ਵੀ ਸਾਡੇ ਜ਼ਿਹਨ ਦੇ ਵਿੱਚ ਸਜੀਵ ਰੂਪ ਹੋ ਕੇ ਦ੍ਰਿਸ਼ ਦੇ ਰੂਪ ਦੇ ਵਿੱਚ ਚੱਲਦੀਆਂ ਨੇ ਉਹ ਸਾਖੀਆਂ। ਤੇ ਜਦੋਂ ਅਸੀਂ ਕਿਸੇ ਔਰਤ ਵੱਲ ਦੇਖਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਮਾਂ ਵੱਲੋਂ ਸੁਣਾਈਆਂ ਗਈਆਂ ਉਹ ਇਤਿਹਾਸ ਦੀਆਂ ਪਰਤਾਂ
ਤੁਰੰਤ ਸਜੀਵ ਹੋ ਜਾਂਦੀਆਂ ਨੇ ਕਿ ਜਦੋਂ ਸਾਨੂੰ ਕਿਤੇ ਮੌਕਾ ਮਿਲਦਾ ਕੋਈ ਰਿਸ਼ਵਤ ਲੈਣ ਦਾ, ਕਿਤੇ ਸਾਨੂੰ ਕਿਸੇ ਨੂੰ ਉੱਚੀ ਆਵਾਜ਼ ਦੇ ਵਿੱਚ ਦਬਕਾਉਣ ਦਾ, ਤਾਂ ਤੁਰੰਤ ਉਹ ਜਿਹੜੀਆਂ ਸਾਖੀਆਂ ਨੇ ਸਜੀਵ ਹੋ ਜਾਂਦੀਆਂ ਨੇ ਸਾਡੇ ਦਿਮਾਗ ਦੇ ਵਿੱਚ। ਜਦੋਂ ਕਿਤੇ ਕੋਈ ਅਜਿਹਾ ਮੌਕਾ ਆਉਂਦਾ ਹੈ ਕਿ ਜਿੱਥੇ ਅਸੀਂ ਆਪਣੇ ਸਿਧਾਂਤਾਂ ਨੂੰ, ਆਪਣੇ ਸੰਕਲਪਾਂ ਨੂੰ ਛੱਡ ਕੇ ਕੁਝ ਜ਼ਿਆਦਾ ਕਮਾਈ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਉਹ ਮਾਂ ਦੀਆਂ ਦੱਸੀਆਂ ਹੋਈਆਂ, ਸੁਣਾਈਆਂ ਹੋਈਆਂ ਸਾਖੀਆਂ ਸਾਡੇ ਜ਼ਿਹਨ ਦੇ ਵਿੱਚ ਸਜੀਵ ਹੋ ਜਾਂਦੀਆਂ ਨੇ, ਚੱਲਣ ਲੱਗ ਪੈਂਦੀਆਂ ਨੇ ਫਿਲਮ ਬਣ ਕੇ। ਜਦੋਂ ਕਿਤੇ ਸਮਾਜਿਕ ਰੂਪ ਦੇ ਵਿੱਚ ਕਿਤੇ ਕਦਰਾਂ ਕੀਮਤਾਂ ਟੁੱਟਣ ਦੀ ਗੱਲ ਚੱਲਦੀ ਹੈ, ਅਸੀਂ ਦੇਖਦੇ ਹਾਂ ਤਾਂ ਉਹ ਸਾਖੀਆਂ ਸਜੀਵ ਰੂਪ ਚ ਹੋ ਕੇ ਚੱਲਣ ਲੱਗ ਪੈਂਦੀਆਂ ਨੇ, ਉਹ ਬੰਨ ਕੇ ਰੱਖਦੀਆਂ ਨੇ, ਉਹ ਮੇਰੇ ਪੈਰ ਧਰਤੀ ਦੇ ਉੱਤੇ ਟਿਕਾ ਕੇ ਰੱਖਦੀਆਂ ਨੇ। ਤੇ ਹਰ ਬੱਚਾ ਇਸ ਤਰ੍ਹਾਂ ਸੋਚਣ ਲੱਗ ਸਕਦਾ, ਇਹ ਸਾਡੀ ਭੈਣ, ਇਹ ਸਾਡੀ ਮਾਂ ਦੇ ਹੱਥ ਚ, ਸਾਡੇ ਹੱਥ ਚ ਨਹੀਂ। ਸੋ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਇਤਿਹਾਸ ਨਾਲ ਪਹਿਲਾਂ ਆਪ ਜਾਣਕਾਰੀ ਵਾਵਾਸਤਾ ਬਣਾਓ, ਵਾਵਾਸਤਾ ਹੋਵੋ, ਜਾਣਕਾਰੀ ਰੱਖੋ, ਉਸਦੇ ਰੂਬਰੂ ਹੋਵੋ, ਤੇ ਗੁਰੂ ਗ੍ਰੰਥ ਸਾਹਿਬ ਨਾਲ ਤੁਸੀਂ ਦਰਸ਼ਨ ਕਰਨ ਦੀ ਜਿਹੜੀ ਗੱਲ ਮੈਂ ਕੀਤੀ ਹੈ ਉਹ ਆਪ ਜ਼ਰੂਰ ਪਾਠ ਕਰੋ ਇੱਕ ਵਾਰੀ, ਭਾਵੇਂ 10 ਸਾਲ ਲੱਗਣ, 20 ਸਾਲ ਲੱਗਣ, 50 ਸਾਲ ਲੱਗਣ, ਕੋਸ਼ਿਸ਼ ਕਰੋ, ਇੱਕ ਸੰਕਲਪ ਲਓ ਕਿ ਆਪਣੇ ਜਿਉਂਦੇ ਜੀ ਮੈਂ ਇੱਕ ਪਾਠ ਜ਼ਰੂਰ ਕਰਾਂ। ਭਾਈਆਂ ਨੂੰ ਵੀ, ਵੀਰਾਂ ਨੂੰ ਵੀ ਬੇਨਤੀ ਹੈ, ਭਾਵੇਂ ਕਿਸੇ ਵੀ ਰੂਪ 'ਚੋਂ ਇੱਕ ਕੋਸ਼ਿਸ਼ ਕਰੋ ਕਿ ਮੈਂ ਆਪਣੀ ਜ਼ਿੰਦਗੀ 'ਚ ਇੱਕ ਪਾਠ ਜ਼ਰੂਰ ਕਰਨਾ। ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਸਿੱਖ ਕਾਹਦੇ ਹੋਏ ਪਾਠ ਤਾਂ ਕਦੇ ਕੀਤਾ ਨਾ, ਉਹਨੂੰ ਪੜ੍ਹਿਆ ਤਾਂ ਹੈ ਹੀ ਨਹੀਂ, ਕਾਹਦੇ ਸਿੱਖ। ਕਹਿਣ ਨਾਲ ਸਿੱਖ ਨਹੀਂ ਹੁੰਦਾ, ਕਹਿਣ ਨਾਲ ਵਿਦਿਆਰਥੀ ਨਹੀਂ ਹੁੰਦਾ, ਸ਼ਿਸ਼ ਨਹੀਂ ਹੋ ਜਾਂਦਾ ਕਹਿਣ ਨਾਲ, ਜਦੋਂ ਉਹ ਤਾਂ ਮੰਨਦਾ ਹੀ ਨਹੀਂ ਸਾਨੂੰ, ਅਸੀਂ ਧੱਕੇ ਨਾਲ ਕਿਵੇਂ ਕਲਾਸ 'ਚ ਪੜ੍ਹ ਜਾਂਦੇ। ਅਸੀਂ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ 'ਚ, ਆਪਣੇ ਜਦੋਂ ਤੱਕ ਸਾਹ ਬਚੇ ਨੇ ਉਦੋਂ ਤੱਕ ਅਸੀਂ ਸ਼ੁਰੂ ਤਾਂ ਕਰੀਏ ਨਾ, ਅਤੇ ਉਹਦੇ ਦਰਸ਼ਨ ਹੋਣਗੇ ਸਾਨੂੰ, ਸਾਡੇ ਰਾਜ ਦੇ ਦਰਸ਼ਨ ਹੋਣਗੇ ਉਹਦੇ 'ਚ, ਅਤੇ ਸਾਡਾ ਸਮੁੱਚੇ ਜੀਵਨ ਦਾ ਜਿਹੜਾ ਹੈ ਨਜ਼ਰੀਆ ਉਹਦੇ ਨਾਲ ਬਦਲ ਜਾਏਗਾ। ਭੈਣਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ, ਜੇਕਰ ਸਹੀ ਸਿੱਖਿਆ ਬੱਚੇ ਨੂੰ ਦਿੱਤੀ ਗਈ ਜ਼ਿੰਦਗੀ 'ਚ, ਤੁਹਾਡਾ ਬੱਚਾ ਨਸ਼ਾ ਨਹੀਂ ਕਰੇਗਾ ਜ਼ਿੰਦਗੀ 'ਚ, ਤੁਹਾਡਾ ਬੱਚਾ ਕਿਸੇ ਦਾ ਘਰ ਨਹੀਂ ਤੋੜੇਗਾ, ਉਹ ਸਾਰੀ ਕਰੇਗਾ ਕੌਮ ਦੀ। ਸੋ ਇੰਨੀਆਂ ਕੁ ਬੇਨਤੀਆਂ ਮੈਂ ਕਰਦਾ ਹੋਇਆ ਥੀਮਾਂ ਦਾ ਜਾਚਕ ਹਾਂ। ਅਤੇ ਇੱਕ ਗੱਲ ਮੈਂ ਕਹਿੰਦਾ ਹੁੰਦਾ ਅਕਸਰ ਕਿ 2.5 ਲੱਖ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲਾ KP ਗਿੱਲ ਜਦੋਂ ਮਰਿਆ, ਤੁਸੀਂ ਸਮੁੱਚੇ ਰੂਪ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਚਲਾਈ ਕਿ ਕੋਈ ਵੀ ਸਿੱਖ ਗ੍ਰੰਥੀ ਸਿੰਘ ਜਾਵੇ ਨਾ ਉਹਦੇ ਭੋਗ ਦੇ ਉੱਤੇ, ਅਰਦਾਸ ਨਾ ਕਰੇ। ਤੁਸੀਂ ਲਹਿਰ ਬਹੁਤ ਬਾਕਮਾਲ ਤਰੀਕੇ ਨਾਲ ਚਲਾਈ, ਕੋਈ ਨਹੀਂ ਗਿਆ ਹੈਗਾ, ਕੋਈ ਸਿੱਖ ਨਹੀਂ ਗਿਆ, ਕੈਪਟਨ ਅਮਰਿੰਦਰ ਤੋਂ ਬਿਨਾਂ ਪੱਗ ਵਾਲਾ ਕੋਈ ਬੰਦਾ ਨਹੀਂ ਗਿਆ ਉੱਥੇ। ਯਾਦ ਰੱਖੋ ਕਿ 2.5 ਲੱਖ ਸਿੱਖ ਨੌਜਵਾਨਾਂ ਦਾ ਕਤਲ ਸੀ ਉਹਦੇ ਸਿਰ 'ਤੇ KP ਗਿੱਲ 'ਤੇ, ਤਾਂ ਕਰਕੇ ਤੁਸੀਂ ਅਜਿਹਾ ਕੀਤਾ ਸੀ। ਅਤੇ ਮੈਂ ਕਹਿੰਦਾ ਕਿ 2.5 ਲੱਖ ਸਿੱਖਾਂ ਤੋਂ, 2.5 ਲੱਖ ਸਿੱਖ ਮੁੰਡਿਆਂ ਦੇ ਖੂਨ ਤੋਂ ਵੱਧ ਸਾਡੇ ਲਈ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਜੀ। ਅਤੇ ਯਾਦ ਰੱਖੋ ਬਹੁਤ ਉੱਪਰ ਸਥਾਨ ਗੁਰੂ ਗ੍ਰੰਥ ਸਾਹਿਬ ਦਾ, ਅਤੇ 10 ਸਾਲਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਦੇ ਪੱਤਰੇ ਨਾਲੀਆਂ 'ਚ ਰੁਲੇ ਨੇ, ਗਲੀਆਂ 'ਚ ਰੁਲੇ ਨੇ ਉਹ 10 ਸਾਲਾਂ ਦੇ ਰਾਜ ਦੇ ਵਿੱਚ। ਯਾਦ ਰੱਖਿਓ ਕਿ ਜਦੋਂ ਉਹ ਮਰਨਗੇ
ਤਾਂ ਇਹੋ ਜਿਹੀ ਲਹਿਰ ਫਿਰ ਚਲਾਉਣਾ ਕਿ ਉਹਨਾਂ ਦੇ ਭੋਗ ਤੇ ਨਾ ਜਾਵੇ ਕੋਈ। ਬਹੁਤ ਬਹੁਤ ਧੰਨਵਾਦ। ਜੇ ਕੋਈ ਗਲਤੀ ਹੋ ਗਈ ਹੋਵੇ ਕਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।